ਮਗਰੋਂ ਵੱਖਰਾ ਤਮਾਸ਼ਾ ਬਣਾਇਆ। ਮੈਨੂੰ ਆਪਣੀ ਉਜ਼ਾਰ ਸਿੱਧੇ ਕਰ ਲੈਣ ਦੇ। ਮੱਛੀ ਬਾਰਬੀਕਿਊ ਕਰਨਾ ਸਿਖਾਊਂਗਾ, ਆ ਜਾਓ ਨਾਲੇ ਬਣਾਉਂਦੇ ਹਾਂ ਅਤੇ ਨਾਲੇ ਖਾਂਦੇ ਹਾਂ, ਨਾਲੇ ਦੁਆਨੂੰ ਵੀ ਦੱਸਦੇ ਹਾਂ ਕਿ ਮੱਛੀ ਬਾਰਬੀਕਿਊ ਕਿਵੇਂ ਬਣਾਈ। ਇਹ ਤਕਰੀਬਨ 2.5 ਕਿਲੋ ਮੱਛੀ ਸਾਰਿਆਂ ਨਾਲ ਪਹਿਲਾਂ ਦੋ ਲਵੀ ਅੱਗੇ ਇਹਨੂੰ ਮਸਾਲਾ ਜਿਹਾ ਲਾਇਆ, ਨਮਕ ਅਤੇ ਜ਼ੀਰਾ ਅਤੇ ਵਿੱਚ ਹੈ ਥੂਮ ਜਿਹਾ ਨਾ, ਇਹਦੀ ਥੋੜ੍ਹੀ ਸਮੈਲ ਜਿਹੜੀ ਉਹ ਠੀਕ ਹੈ। ਇਹਨੂੰ ਧੋ ਕੇ ਅਤੇ ਅਗਲਾ ਪ੍ਰੋਸੈਸ ਲੱਗਦਾ। ਅੱਛਾ ਜੀ, ਮੱਛੀ ਧੋ ਕੇ ਤਕਰੀਬਨ 2.5 ਕਿਲੋ ਮੱਛੀ ਹੈ, 2.75 ਕਿਲੋ ਹੈ। ਇਹਦੇ ਵਿੱਚ ਅਦਰਕ, ਅੱਛਾ ਜੀ ਇਹ ਜਿਹੜਾ ਕੁੱਟੇ ਆ ਅਦਰਕ ਹੈ ਅਤੇ ਥੂਮ ਹੈ, ਇਹ ਤੁਸੀਂ ਪਾ ਲੈਣਾ ਤਕਰੀਬਨ ਨਾ 2-1 ਚਮਚਾ। ਹਾਂਜੀ ਪੰਜੇ ਅੰਨੇ ਬਾਹ ਜੀ, ਕੋਈ ਨਹੀਂ ਦੇਸੀ ਮਸਾਲਾ ਇਹਦਾ, ਕੋਈ ਨਹੀਂ ਐਡਾ ਮਸਾਲਾ ਬਣਦਾ। ਨਮਕ ਜਿਹੜਾ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਵੱਧਦਾ ਉਹ ਥੋੜ੍ਹਾ ਰੱਖਿਆ ਜੇ, ਅਤੇ ਜਿਨ੍ਹਾਂ ਦਾ ਸਾਡੇ ਯਾਰ ਅਲਹਮਦੁਲਿਲਾ ਠੀਕ ਹੈ ਉਹ ਪਾ ਲਵੋ, ਅਸਦੇ ਜ਼ਰੂਰਤ ਜਿਨ੍ਹਾਂ ਦਾ ਲੋੜ ਪੈਂਦੀ ਹੈ, ਜਿੰਨਾ ਟੇਸਟ ਤੁਸੀਂ ਪਸੰਦ ਕਰਦੇ ਹੋ। ਅੱਛਾ ਜੀ, 1 ਚਮਚ ਜਿਹੜਾ ਇਹ ਤੁਸਾਂ ਪਾ ਲੈਣਾ ਜਿਹੜਾ ਮੱਛੀ ਮਸਾਲਾ ਹੁੰਦਾ ਨਾ, ਜਿਹੜਾ ਆਮ ਆ ਤੁਹਾਨੂੰ ਹੋਟਲਾਂ 'ਤੇ ਵੀ ਲੱਭਦਾ ਉਹ ਵਾਲਾ, ਇਸ ਦੀ ਥੋੜ੍ਹੀ ਜਿਹੀ ਮੋਰੀ ਥੋੜ੍ਹੀ ਹੈ। ਇਹ ਨਾ ਮਗਰੋਂ ਵੱਖਰਾ ਤਮਾਸ਼ਾ ਬਣਾਇਆ। ਮੈਨੂੰ ਆਪਣੀ ਉਜ਼ਾਰ ਸਿੱਧੇ ਕਰ ਲੈਣ ਦੇ। ਅੱਛਾ ਜੀ, ਮਸਾਲੇ ਜਿਹੜੇ ਤੁਹਾਨੂੰ ਦੱਸੇ ਨੇ ਉਹ ਸਾਰੇ ਅਸਾਂ ਪਾ ਛੜੇ ਨੇ ਵਿੱਚ, ਹੁਣ ਇਹਨੂੰ ਅੱਛੀ ਤਰ੍ਹਾਂ ਇੱਕ ਵਾਰੀ ਮਿਕਸ ਕਰ ਲੈਣਾ ਤਾਂ ਕਿ ਹਰ ਇੱਕ ਬੋਟੀ ਦੀ ਹਰ ਇੱਕ ਗੁੱਠੇ ਦੀ ਮਸਾਲਾ ਤੁਹਾਡਾ ਭੜ ਜਾਏ। ਅਲਹਮਦੁਲਿਲਾ ਕੁਛ ਬਹੁਤ ਮੁਬਸ਼ਰ ਪੁੱਤਰ ਸੋਹਣੀ ਆ ਰਹੀ ਹੈ ਅਤੇ ਅੱਗੋਂ ਹੁਣ ਜਿਸ ਟਾਈਮ ਇਹ ਬਣੀ ਅਤੇ ਫਿਰ ਵੇਖਾਂਗੇ ਬਸ। ਮਸਾਲਾ ਜੀ ਇਸ ਨੂੰ ਲੱਗ ਗਏ ਆ ਅਤੇ ਹੁਣ ਇਸ ਨੂੰ ਉੱਤੋਂ ਬੰਦ ਕਰਕੇ ਨਾ ਤਕਰੀਬਨ ਕਮ ਸੇ ਕਮ ਵੀ 3 ਘੰਟੇ ਵਾਸਤੇ ਰੱਖ ਲੈਣਾ ਤਾਂ ਕਿ ਇਹਦੀਆਂ ਸਾਰੀਆਂ ਜੜ੍ਹਾਂ ਵਿੱਚ ਮਸਾਲਾ ਤੋੜ ਤੱਕ ਵੜ ਜਾਏ। ਅਸੀਂ ਹੁਣ ਇਸ ਨੂੰ ਰੱਖਦੇ ਹਾਂ ਅਤੇ ਰੱਖ ਕੇ ਨਾਲ ਅਸੀਂ ਅੱਗੇ ਦੀ ਤਿਆਰੀ ਕਰਦੇ ਹਾਂ ਜਿਸ ਦੇ ਉੱਤੇ ਇਸ ਨੂੰ ਬੁਣਿਆ ਜਾਣਾ। ਅੱਲਾ ਸੋਹਣੇ ਦੇ ਵੱਲ ਮਸਾਲਾ ਲੱਗਿਆ, ਕੋਈ 2.5 ਘੰਟੇ ਹੋ ਗਏ ਨੇ ਸਾਡੇ ਕੋਲ, ਰਾਹਣ ਕੋ ਨਹੀਂ ਹੁੰਦਾ ਪਿਆ ਸੀਗਾ ਕਿ ਕੰਮ ਇਹਦਾ ਅਗਰ ਸ਼ੁਰੂ ਕਰੀਏ ਮੁਕਾਵੀਏ, ਟਾਈਮ ਬਥੇਰਾ ਲੱਗ ਜਾਣਾ। ਥੋੜ੍ਹਾ ਜਿਹਾ ਕੈਮਰਾਮੈਨ ਨੇੜੇ ਆ ਗਿਆ ਅਤੇ ਜੀ ਇੱਕ ਇੱਕ ਬੋਟੀ ਕਰਕੇ ਨਾ ਇਸ ਤਰ੍ਹਾਂ ਪਾਣੀ ਸੀਸ ਉੱਤੇ, ਇਤਨਾ ਤੁਹਾਨੂੰ ਪਤਾ ਹੀ ਹੋਣਾ, ਬਹਰਹਾਲ ਮੇਰਾ ਹੱਕ ਬਣਦਾ ਨਾਲੋਂ ਨਾਲ ਦੱਸਣਾ। ਸੀਖਾਂ ਲੱਗ ਗਈਆਂ ਨੇ, ਅੱਗ ਤੁਹਾਡੇ ਸਾਹਮਣੇ ਤਿਆਰ ਹੋਈ ਪਈ ਹੈ, ਕੋਲੇ ਬਣੇ ਪਏ ਨੇ, ਆ ਜਾਓ ਇਹਨਾਂ ਨੂੰ ਉੱਤੇ ਰੱਖਦੇ ਹਾਂ। ਅਤੇ ਨਾਲੋ ਨਾਲ ਇਹਦੇ ਉੱਤੇ ਕੁਝ ਬੰਦੇ ਇਸਤੇਮਾਲ ਕਰਦੇ ਨੇ ਆਇਲ, ਕੁਝ ਘੀ ਜਿਹੜਾ ਉਸ ਨੂੰ ਪਗਾਰ ਕੇ ਕਰਦੇ ਨੇ, ਅਤੇ ਅਸਾਂ ਅਲਹਮਦੁਲਿਲਾ ਮੱਖਣ ਲਿਆਉਂਦੇ ਆ, ਅਸੀਂ ਉਹ ਲਾਵਾਂ ਦੇ ਮੱਖਣੇ ਨਾਲ ਇਹਦਾ ਟੇਸਟ ਥੋੜ੍ਹਾ ਆਪਣਾ ਹੀ ਜ਼ਾਇਕਾ ਸ਼ਾਇਕਾ ਬੜਾ ਸਵਾਦੀ ਬਣ ਜਾਂਦਾ। ਮਾਰਾ ਤੇ ਤੁਰ ਕਿਉਂ ਕਿਹੜੀਆਂ ਲੈ ਮੈਨੂੰ ਮੈਂ ਤਦ ਪਈ ਮਾਰਾ ਤੇ ਤੁਰ ਕਿਉਂ ਕਿਹੜੀਆਂ।
ਵੇਖੋ ਜੀ ਕੈਸਾ ਇਹਦਾ ਰੰਗ ਹੈ ਅਤੇ ਖੁਸ਼ਬੂ ਵੀ ਅਲਹਮਦੁਲਿਲਾ ਬੜੀ ਸੋਹਣੀ ਹੁੰਦੀ ਪਈ ਹੈ। ਇਸ ਨੂੰ ਟਰਾਈ ਕਰਦੇ ਹਾਂ ਇੱਕ ਵਾਰੀ, ਕੈਚਪ ਕੁਚਪ ਪਾ ਕੇ ਨਾ ਉੱਤੇ ਨਿੰਬੂ ਸ਼ਿੰਬੂ ਸੁੱਟ ਕੇ। ਸਰ ਚੈੱਕ ਕਰੋ ਮੱਛੀ ਖਾ ਕੇ ਕੀ ਗੁਣ ਮਹਿਸੂਸ ਹੁੰਦਾ ਵਾ, ਕੈਸੀ ਚੱਲ ਰਹੀ ਆਮ ਵਿਸ਼ਵ ਪੁੱਤਰ ਮਜ਼ਾ ਆਇਆ। ਗੁੰਡਲ ਸਾਹਿਬ ਮੱਛੀ ਬੜੀ ਫਿੱਟ ਹੈ, ਬਹੁਤ ਅੱਛੀ ਬਣੀ ਹੈ। ਜਿਹੜਾ ਥੋਮ ਤੇ ਅਦਰਕ ਨਾ ਲਾਇਆ ਜਿਹੜਾ ਉਹਦਾ ਜ਼ਾਇਕਾ ਆ ਰਿਹਾ, ਕਿਆ ਬਾਤ ਨਾ। ਦੇਸੀ ਜਿਹੜੇ ਹੈ ਨਾ ਆਪਣੇ ਦੇਸੀ ਮਸਾਲੇ ਉਹ ਬੜੀ ਸ਼ੈ ਹੁੰਦੇ ਨੇ। ਭੈਣ ਸਾਹਿਬ ਤੁਸੀਂ ਚੈੱਕ ਕਰੋ ਆਪਣੇ ਕੀ ਉੱਥੇ ਨਾਲ ਮੱਛੀ ਵਾਕਈ ਸਵਾਦੀ ਬਣੀ ਹੈ, ਅਤੇ ਇਸ ਨੂੰ ਮੇਰਾ ਭਾਈ ਇੱਕ ਵਾਰੀ ਟਰਾਈ ਕਰੋ ਘਰ ਬਣਾ ਕੇ, ਮੌਸਮ ਸ਼ੌਸਮ ਠੰਡਾ ਖਾਓ ਦੇ ਅਤੇ ਇਨਸ਼ਾਲਾ ਪੂਰੀ ਚਸ ਆਏ ਜੀ। ਹਾਂ ਕੈਮਰਾਮੈਨ ਕੈਸਾ ਟੇਸਟ ਸਵਾਦੀ ਹੈ, ਚਸ ਆ ਗਈ ਪੂਰੀ ਸਵਾਦ ਆਇਆ ਨਾ। ਚਲੋ ਅੱਲਾ ਸੋਹਣੇ ਦੇ ਵਾਲੇ ਅੱਲਾ ਪਾਕ ਦਮ ਖੁਸ਼ ਰੱਖੇ ਆਪੋ ਆਪਣੇ ਘਰ।